हां जी सशिकल जी ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ YouTube ਚੈਨਲ ਸਟੱਡੀ ਬਜ਼ਰ ਤੇ ਸੋ ਜੀ ਸਟੂਡੈਂਟਸ ਆ ਅਜ ਤੋਂ ਦੋ ਤਿੰਨ ਦਿਨ ਪਹਿਲਾਂ ਮੈਂ ਆਪਣੇ ਜੋ WhatsApp ਗਰੁੱਪ ਬਣਿਆ ਹੋਇਆ ਸਟੱਡੀ ਬਜ਼ਰ ਦਾ ਉਹਦੇ ਵਿੱਚ ਇੱਕ ਮੈਸੇਜ ਸ਼ੇਅਰ ਕੀਤਾ ਸੀ ਕਿ ਜੋ PSAT 2018 ਹੈ ਉਸਦੇ ਜਿਹੜੇ ਸਰਟੀਫਿਕੇਟਸ ਹੈ ਫਿਰੋਜ਼ਪੁਰ ਡਾਈਟ ਚ ਆ ਚੁੱਕੇ ਹੈ ਤਾਂ ਉਸ ਤੋਂ ਬਾਅਦ ਅਲੱਗ-ਅਲੱਗ ਜੋ ਵੀ ਗਰੁੱਪ ਦੇ ਵਿੱਚ ਸਟੂਡੈਂਟਸ ਨੇ ਉਹਨਾਂ ਦੀ ਕੁਐਰੀਜ਼ ਹੋਣੀਆਂ ਸਟਾਰਟ ਹੋ ਗਈਆਂ ਕਾਲ ਮੈਸੇਜ ਅਗੇ ਇਹਨਾਂ ਨੇ ਅਗੇ ਹੁਣ ਸਟਾਰਟ ਹੋ ਚੁੱਕੇ ਸੀ ਤੁਹਾਡੇ ਜਿੰਨੇ ਵੀ ਡਾਊਟਸ ਹੈ ਉਹਨਾਂ ਨੂੰ ਸਾਰੇ ਡਾਊਟਸ ਦਾ ਇੱਕ ਸੈਸ਼ਨ ਲੈ ਕੇ ਆ ਰਹੇ ਹਾਂ ਸਿਰਫ 5-7 ਮਿੰਟਾਂ ਵਿੱਚ ਤੁਹਾਡੇ ਸਾਰੇ ਜਿਹੜੇ ਸਵਾਲਾਂ ਦੇ ਜਵਾਬ ਮਿਲਣਗੇ ਤੁਹਾਨੂੰ ਸੋ ਮੇਰੀ ਰਿਕਵੈਸਟ ਹੈ ਵੀਡੀਓ ਨੂੰ ਅੰਤ ਤੱਕ ਦੇਖਣਾ ਇੱਕ ਹੋਰ ਰਿਕਵੈਸਟ ਹੈ ਪਲੀਜ਼ ਇਸ ਵੀਡੀਓ ਨੂੰ ਸਾਰੇ ਫਰੈਂਡਸ ਨਾਲ ਸ਼ੇਅਰ ਕਰੋ ਤਾਂ ਕਿ ਜਿਹੜੀ ਇੱਕ ਕਨਫਿਊਜ਼ਨ ਜੋ ਸਾਰੇ ਸਟੂਡੈਂਟਸ ਨੂੰ ਹੋ ਰਹੀ ਹੈ ਉਹਦਾ ਇੱਕ ਸੋਲੂਸ਼ਨ ਮਿਲ ਸਕੇ ਸੋ ਫਸਟ ਆਫ ਆਲ ਜੋ ਪਹਿਲੇ ਸਵਾਲ ਦਾ ਜਵਾਬ ਹੈ ਮੋਸਟ ਆਫ ਸਟੂਡੈਂਟਸ ਦਾ ਤਾਂ ਪਹਿਲਾ ਇੱਕ ਕੁਐਸਚਨ ਹੀ ਇਹ ਸੀ ਕਿ ਸਰ ਕੀ ਸਾਡੇ ਪੀਐਸਟੈਟ 2018 ਦੇ ਸਰਟੀਫਿਕੇਟ ਆ ਚੁੱਕੇ ਹੈ ਤਾਂ ਡੀਅ ਸਟੂਡੈਂਟਸ ਇਸ ਦਾ ਜਵਾਬ ਇਹੀ ਹੈ ਕਿ ਯੈਸ 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 ਤੁਹਾਡੇ ਜਿਹੜੇ ਸਰਟੀਫਿਕੇਟਸ ਹੈ ਆ ਚੁੱਕੇ ਹੈ इवन ਕਿ ਹਰ ਇੱਕ ਡਾਈਟ ਚ ਆ ਚੁੱਕੇ ਹੈ ਤੁਸੀਂ ਫਰੋਹੀਪੁਰ ਡਾਈਟ ਦੀ ਗੱਲ ਕਰੋ ਮੁਕਸਾ ਡਾਈਟ ਦੀ ਗੱਲ ਕਰੋ ਗੁਰਦਾਸਪੁਰ ਡਾਈਟ ਦੀ ਗੱਲ ਕਰੋ ਹਰ ਇੱਕ ਡਾਈਟਸ ਤੁਹਾਡੇ ਜਿਹੜੇ ਸਰਟੀਫਿਕੇਟ ਆ ਚੁੱਕੇ ਹੈ ਤੇ ਦੂਸਰੀ ਗੱਲ ਦੂਸਰੀ ਗੱਲ ਇਹ ਹੈ ਕਿ ਕੀ ਸਰਟੀਫਿਕੇਟ ਮਿਲਨੇ ਸਟਾਰਟ ਹੋ ਚੁੱਕੇ ਹੈ ਤਾਂ ਦੈਨ ਇਸ ਦਾ ਜਵਾਬ ਮੈਂ ਤੁਹਾਨੂੰ ਦੇਣ ਜਾ ਰਿਹਾ ਕਿ ਸਿਰਫ ਔਰ ਸਿਰਫ ਇੱਕ ਦੋ ਡਾਈਟਸ ਨੇ ਮੈਸੇਜ ਸਰਕੂਲੇਟ ਕੀਤਾ ਸੀ ਠੀਕ ਹੈ ਜੀ ਜਿਵੇਂ ਇੱਕ ਫਿਰੋਇਪੁਰ ਡਾਈਟ ਦਾ ਜਿਹੜਾ ਮੈਸੇਜ ਉਹ ਮੈਂ ਖੁਦ ਨੇ ਹੀ ਆਪਣੇ ਗਰੁੱਪਸ ਤੇ ਸੈਂਡ ਕੀਤਾ ਸੀ ਉਹ ਬਿਲਕੁਲ ਸਹੀ ਸੀ 20th ਆਫ ਅਗਸਟ ਨੂੰ ਜਿਹੜੇ ਜਿਹੜੇ ਆਪਣੇ ਸਰਟੀਫਿਕੇਟ ਮਿਲਨੇ ਸਟਾਰਟ ਹੋ ਜਾਣੇ ਆ ਉਹਦੇ ਵਿੱਚ ਕੋਈ ਦੋਰਾਈ ਨਹੀਂ ਪਰੰਤੂ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਸਾਰੇ ਡਾਈਟਸ ਨੇ ਹਾਲੇ ਸ਼ੁਰੂ ਨਹੀਂ ਕੀਤੇ ਤੇ ਇਵਨ ਕੀ ਜਿਹੜੀ ਫਿਰੋਇਪੁਰ ਡਾਈਟ ਹੈ ਉਹ ਵੀ ਕੋਈ ਡਿਸੀਜਨ ਲੈ ਸਕਦੀ ਹੈ ਕਿਉਂਕਿ ਅ ਇਸ ਸਮੇ ਜੋ ਅਸੀਂ ਇੱਕ ਪੈਂਡੇਮਿਕ ਨੂੰ ਦੇਖ ਰਹੇ ਹਾਂ ਇਹਦੇ ਨਤੀਜੇ ਬਹੁਤ ਭਿਆਨਕ ਹੈ ਇਸ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਸ਼ਾਇਦ ਕੋਈ ਹੋਰ ਨਿਊਜ਼ ਆ ਜਾਏ ਸੋ ਪਲੀਜ਼ ਪਹਿਲੀ ਗੱਲ ਤਾਂ ਇਹ ਧਿਆਨ ਚ ਰੱਖਣੀ ਹੈ ਜਿੰਨੀ ਦੇਰ ਸਰਟੀਫਿਕੇਟ ਨਹੀਂ ਵੰਡੇ ਜਾਣਗੇ ਤੁਹਾਡੇ ਸਰਟੀਫਿਕੇਟ ਵਾਪਸ ਨਹੀਂ ਜਾਣ ਵਾਲੇ ਜਿੰਨੀ ਦੇਰ ਤੁਹਾਡੇ ਸਰਟੀਫਿਕੇਟ ਤੁਹਾਨੂੰ ਤੁਹਾਡੇ ਹੱਥਾਂ ਚ ਨਹੀਂ ਦਿੱਤੇ ਜਾਣਗੇ ਓਨੀ ਦੇਰ ਇਹ ਵਾਪਸ ਨਹੀਂ ਜਾਣਗੇ ਇਵਨ ਕਿ ਲਾਸਟ ਡੇਟ ਅਨਾਉਂਸ ਹੋਏਗੀ ਆਫੀਸ਼ੀਅਲ ਪੇਜ ਤੇ ਆਫੀਸ਼ੀਅਲ ਇਨਫੋਰਮੇਸ਼ਨ ਵੀ ਆਏਗੀ ਠੀਕ ਹੈ ਜਿਵੇਂ ਕਿ ਹੁਣ ਇੱਕ ਦੋ ਹਰਿਆਣਾ ਤੋਂ ਮੈਨੂੰ ਕਾਲਸ ਆਈਆਂ ਸੀ ਤੇ ਉਹਨਾਂ ਚ ਇਹ ਸਿੱਧਾ ਹੀ ਪੁੱਛ ਰਹੇ ਸਰ ਸਾਡੇ ਸਰਟੀਫਿਕੇਟ ਕਿੱਦਾਂ ਮਿਲਣਗੇ ਤਾਂ ਦੈਨ ਉਹਨਾਂ ਨੂੰ ਰਿਪਲਾਈ ਵੀ ਮੈਂ ਹੁਣੇ ਹੀ ਕਰ ਰਿਆ ਕਿ ਕਿ ਬਕਾਇਦਾ ਇੱਕ ਇਨਫੋਰਮੇਸ਼ਨ ਵੀ ਜਿਹੜੀ ਜਾਰੀ ਕੀਤੀ ਜਾਊਗੀ ਕਿ ਤੁਹਾ ਜਿਹੜੇ ਅਦਰ ਸਟੇਟਸ ਵਾਲੇ ਆ ਉਹ ਆਪਣੇ ਸਰਟੀਫਿਕੇਟ ਕਿੱਥੋਂ ਲੈ ਸਕਦੇ ਆ ਸੋ ਮੈਂ ਅ ਕੱਲ ਹੀ ਤੇ ਅੱਜ ਸਵੇਰੇ ਵੀ ਜਿਹੜੀ ਇੱਕ ਦੋ ਡਾਈਟਸ ਨਾਲ ਮੇਰੀ ਗੱਲ ਹੋਈ ਹੈ ਉੱਥੋਂ ਮੈਨੂੰ ਇਹ ਜਾਣਨ ਨੂੰ ਮਿਲਿਆ ਮੁਕਸਰ ਡਾਈਟ 'ਚ ਮੇਰੀ ਅੱਜ ਸਵੇਰੇ ਗੱਲ ਹੋਈ ਹੈ ਉੱਥੋਂ ਮੈਨੂੰ ਇਹ ਜਾਣਨ ਨੂੰ ਮਿਲਿਆ ਕਿ ਜਿਹੜੇ ਤੁਹਾਡੇ ਸਰਟੀਫਿਕੇਟ ਆ ਚੁੱਕੇ ਐ ਥੈਨ ਅਸੀਂ ਸਰਟੀਫਿਕੇਟ ਨਹੀਂ ਬਣਾਂਗੇ ਇੱਕ ਵਾਰ ਸਾਡਾ ਸਰਟੀਫਿਕੇਟ ਬਣਨ ਦਾ ਕੋਈ ਇਰਾਦਾ ਨਹੀਂ ਕਿਉਂਕਿ ਇਹ ਇੱਕ ਬਿਮਾਰੀ ਬੜੀ ਖਤਰਨਾਕ ਹੈ ਤੇ ਅਸੀਂ ਕੋਈ ਰਿਸਕ ਨਹੀਂ ਲੈਣਾ ਚਾਹੁੰਦੇ ਤੇ ਇਵਨ ਕਿ ਜਿੰਨੀ ਦੇਰ ਅਸੀਂ ਲਾਸਟ ਡੇਟ ਸਰਕੂਲੇਟ ਨਹੀਂ ਕਰਾਂਗੇ ਜਿੰਨੀ ਦੇਰ ਸਟੂਡੈਂਟਸ ਤੱਕ ਅਸੀਂ ਸਰਟੀਫਿਕੇਟ ਨਹੀਂ ਬਣਦੇ ਅਸੀਂ ਵਾਪਸ ਨਹੀਂ ਭੇਜਾਂਗੇ ਇਵਨ ਕਿ ਇਹਦੀ ਆਫੀਸ਼ੀਅਲ ਜਿਹੜੀ ਡੇਟ ਵੀ ਜਾਰੀ ਕੀਤੀ ਜਾਊਗੀ ਇੱਥੋਂ ਤੱਕ ਤੁਸੀਂ ਆਪਣੀ ਡਾਈਟਸ ਦੇ ਵਿੱਚੋਂ ਸਰਟੀਫਿਕੇਟ ਪ੍ਰਾਪਤ ਕਰ ਸਕਦੇ ਹੋ ਅੱਛਾ ਇੱਕ ਹੋਰ ਜਿਹੜਾ ਡਾਊਟ ਸੀ ਸਰ ਸਰਟੀਫਿਕੇਟ ਅਸੀਂ ਕੌਣ ਸਰਟੀਫਿਕੇਟ ਲੈ ਸਕਦਾ ਇੱਕ ਸਟੂਡੈਂਟ ਤਾਂ ਉਹ ਸੀ ਸ਼ਾਇਦ ਜੋ ਫਸਟイヤー ਦਾ ਸੀ ਈਟੀਟੀ ਫਸਟイヤー ਦਾ ਉਹਦਾ ਪੇਪਰ ਕਲੀਅਰ ਸੀ ਦੈਨ ਸਟੂਡੈਂਟ ਮੈਂ ਕਿਥੇ ਕਲੀਅਰ ਕਟ ਦੱਸ ਰਿਹਾ ਭਾਵੇਂ ਤੁਸੀਂ ਈਟੀਟੀ ਦੇਓ ਭਾਵੇਂ ਬੀਐਡ ਦੇਓ ਤੁਹਾਡੇ ਡਿਪਲੋਮਾ ਦਾ ਸਰਟੀਫਿਕੇਟ ਓਨੀ ਦੇਰ ਤੁਹਾਨੂੰ ਨਹੀਂ ਮਿਲੇਗਾ ਤੁਹਾਡਾ ਜਿਹੜਾ ਪੀਐਸਟੈਟ ਸਰਟੀਫਿਕੇਟ ਓਨੀ ਦੇਰ ਨਹੀਂ ਮਿਲਣ ਵਾਲਾ ਜਿੰਨੀ ਦੇਰ ਤੁਹਾਡੇ ਡਿਪਲੋਮਾ ਦਾ ਫਸਟイヤー ਦਾ ਪ੍ਰੂਫ ਤੁਹਾਡੇ ਕੋਲ ਨਹੀਂ ਹੈ ਠੀਕ ਹੈ ਫਸਟイヤー ਦਾ ਪ੍ਰੂਫ ਹੈ ਤੁਹਾਡਾ ਫਸਟイヤー ਕਲੀਅਰ ਹੋਣਾ ਚਾਹੀਦਾ ਉਸ ਦਾ ਪ੍ਰੂਫ ਤੁਹਾਡੇ ਕੋਲ ਹੈ ਤਾਂ ਤੁਸੀਂ ਪੀਐਸਟੈਟ 2018 ਦਾ ਸਰਟੀਫਿਕੇਟ ਲੈ ਸਕਦੇ ਹੋ ਹਾਂ ਜਿਨ੍ਹਾਂ ਦਾ ਈਜੀਟੀ ਜਾਂ ਬੀਐਡ ਕੰਪਲੀਟ ਹੈ ਪਰੰਤੂ ਉਹਨਾਂ ਦੇ ਸਰਟੀਫਿਕੇਟ ਨਹੀਂ ਆਏ ਹਾਲੇ ਤੱਕ ਥੈਨ ਤੁਸੀਂ ਫਸਟイヤー ਦਾ ਜਾਂ ਦੋਨਾਂ ਸਾਲਾਂ ਦਾ ਕੋਈ ਵੀ ਪ੍ਰੂਫ ਲੈ ਕੇ ਤੁਸੀਂ ਆਪਣਾ ਜਿਹੜਾ ਸਰਟੀਫਿਕੇਟ ਲਿਆ ਸਕਦੇ ਹੋ ਥੈਨ ਉਸ ਤੋਂ ਬਾਅਦ ਲਾਸਟ ਇਨਫਰਮੇਸ਼ਨ ਜੋ ਤੁਹਾਡੇ ਨਾਲ ਮੈਂ ਸਾਂਝੀ ਕਰਨ ਜਾ ਰਿਹਾ ਕਿ ਜੋ ਤੁਸੀਂ ਕੀ ਕੁਝ ਪ੍ਰੂਫ ਕੀ ਲੈ ਕੇ ਜਾਣਾ ਮਨ ਕੇ ਚਲੋ ਕਿ ਜਿਹੜੇ 20 ਅਗਸਤ ਨੂੰ 2018 ਨੂੰ ਆਪਣੇ ਸਰਟੀਫਿਕੇਟ ਫਿਰੋਪੁਰ ਡਾਇਟ ਚ ਮਿਲਣ ਜਾ ਰਹੇ ਹੈ ਜੇ ਉਹਨਾਂ ਨੇ ਡੇਟ ਅੱਗੇ ਪੋਸਟਪੋਨ ਨਾ ਕੀਤੀ ਤਾਂ ਤੁਸੀਂ ਕੀ ਕੁਝ ਲੈ ਕੇ ਆਪਣੇ ਨਾਲ ਜਾਉਂਗੇ ਤੁਸੀਂ ਉਹਨਾਂ ਬਾਰੇ ਤੁਸੀਂ ਨੋਟ ਕਰ ਸਕਦੇ ਹੋ ਫਸਟ ਆਫ ਆਲ ਤੁਹਾਡੀ ਆਈਡੈਂਟੀ ਹੋਣੀ ਚਾਹੀਦੀ ਹੈ ਮਿੰਟੂ ਸੇ ਤੁਹਾਡਾ ਆਧਾਰ ਕਾਰਡ ਤੁਹਾਡੇ ਨਾਲ ਹੋਣਾ ਚਾਹੀਦਾ ਹੈ ਦੂਸਰੀ ਗੱਲ ਤੁਹਾਡੇ ਡਿਪਲੋਮਾ ਦਾ ਪ੍ਰੂਫ ਹੋਣਾ ਚਾਹੀਦਾ ਹੈ ਮਿੰਟੂ ਸੇ ਜਿਹੜੇ ਸੈਕੰਡ ਇਅਰ ਚ ਹੈਗੇ ਆ ਉਹ ਆਪਣੇ ਫਸਟ ਇਅਰ ਪਾਸ ਦਾ ਪ੍ਰੂਫ ਲੈ ਕੇ ਜਾਣਗੇ ਚਾਹੇ ਈਟੀடி ਕੀਤੀ ਹੈ ਚਾਹੇ ਬੀਏਡ ਕਰ ਰਹੇ ਹੋ ਤੁਸੀਂ ਦੈਨ ਦੂਸਰੀ ਗੱਲ ਜਿਨ੍ਹਾਂ ਦਾ EDD बीएड ਕੰਪਲੀਟ ਹੈ ਉਹ ਆਪ ਦਾ ਜਿਹੜਾ DMC ਲੈ ਕੇ ਜਾਣਗੇ ਉਹਦੀ ਜਿਹੜੀ ਫੋਟੋ ਕਾਪੀ ਜ਼ੀਰੋਕਸ ਕਾਪੀ ਲੈ ਕੇ ਜਾਣਗੇ ਦੋ ਪਾਸਪੋਰਟ ਸਾਈਜ਼ ਫੋਟੋਆਂ ਲੈ ਕੇ ਜਾਣੀਆਂ ਪੈਣਗੀਆਂ ਤੁਹਾਨੂੰ ਤੇ ਫੋਰਥ ਜਿਹੜੀ ਇੰਪੋਰਟੈਂਟ ਗੱਲ ਹੈ ਤੁਹਾਡਾ ਰੋਲ ਨੰਬਰ ਕੀ ਤੁਸੀਂ ਜਿਹੜਾ PSEAT 2018 ਦਿੱਤਾ ਹੋਇਆ ਉਸ ਦੇ ਨਾਲ ਸੰਬੰਧਿਤ ਪ੍ਰੂਫ ਤੁਹਾਡਾ ਜਿਹੜਾ ਐਡਮਿਟ ਕਾਰਡ ਤੁਹਾਡੇ ਨਾਲ ਹੋਣਾ ਚਾਹੀਦਾ ਸੋ ਇਹ ਜਿਹੜੇ ਸਾਰੀਆਂ ਗੱਲਾਂ ਹੈ ਤੁਹਾਡੇ ਨਾਲ ਜਿਹੜੀਆਂ ਆਪਾਂ ਸਾਂਝੀਆਂ ਕਰ ਚੁੱਕੇ ਹਾਂ ਇਸ ਤੋਂ ਇਲਾਵਾ ਵੀ ਕਿਸੇ ਸਟੂਡੈਂਟ ਕੋਈ ਅਲੱਗ ਤੋਂ ਇਨਫੋਰਮੇਸ਼ਨ ਹੋਵੇ ਤਾਂ ਤੁਸੀਂ ਪਲੀਜ਼ ਕਮੈਂਟ ਸੈਕਸ਼ਨ ਚ ਜਿਹੜੇ ਉਹ ਵਿਚਾਰ ਸਾਂਝੇ ਕਰ ਸਕਦੇ ਹੋ ਜੀ ਸੋ ਫਿਰ ਵੀ ਕਿਸੇ ਨੂੰ ਕੁਝ ਡਾਊਟ ਹੋਵੇ ਸੋ ਸਾਡਾ ਅਫੀਸ਼ੀਅਲ ਨੰਬਰ ਜੋ ਅਸੀਂ ਜਿਹੜਾ ਡਿਸਕ੍ਰਿਪਸ਼ਨ ਬਾਕਸ ਚ ਦਿੱਤਾ ਹੋਇਆ ਹੈ ਉਹ ਤੁਸੀਂ ਸਾਡੇ ਨਾਲ ਕਾਲ ਕਰਕੇ ਜੋ ਵੀ ਤੁਹਾਡੇ ਡਾਊਟਸ ਹੈ ਉਹ ਤੁਸੀਂ ਪੁੱਛ ਸਕਦੇ ਹੋ ਜੀ ਸੋ ਇਸ ਮੈਸੇਜ ਨੂੰ ਪਲੀਜ਼ ਆਪਣੇ ਫਰੈਂਡਸ ਨਾਲ ਸ਼ੇਅਰ ਕਰੋ ਤਾਂ ਕਿ ਜਿਹੜੀ ਕਨਫਿਊਜ਼ਨ ਹੈ ਉਸ ਦਾ ਜਿਹੜਾ ਸੋਲੂਸ਼ਨ ਕਰ ਸਕੀਏ ਜੀ ਸੋ ਅਹ ਥੈਂਕਸ ਟੂ ਆਲ ਆਫ ਯੂ ਜੋ ਵੀ ਇਨਫੋਰਮੇਸ਼ਨ ਅ ਲਗਤੋਂ ਸਾਡੇ ਲਈ ਹੋਏਗੀ ਫਰਦਰ ਇਨਫੋਰਮੇਸ਼ਨ ਹੋਏਗੀ ਉਸ ਨੂੰ ਲੈ ਕੇ ਅਸੀਂ ਵੀਡੀਓ ਤੁਹਾਡੇ ਸਾਹਮਣੇ ਜਰੂਰ ਲੈ ਕੇ ਆਵਾਂਗੇ ਜੀ ਸੋ ਥੈਂਕ ਯੂ